पंजाब अते हरियाणा हाई कोर्ट दे रिटायर्ड जस्टिस जोरा सिंह प्रधान आम आदमी पार्टी पंजाब ने पत्रकारां नाल गलबात करदे हुए कहा कि पंजाब सरकार बेअदबी मामलों विचों कीती जांच नूं विधानसभा टेबल ते रखे अते रिपोर्ट नूं जनतक कर दे तां दुबारा जांच करन दी लोड़ नहीं पैणी सी, पर कांग्रेस सरकार भी उसे तरह जांच करवा के समां लंघा रही है जिस तरह पहला अकाली सरकार ने समां लंघाया सी। उन्हां प्रशांत किशोर नूं मुख्यमंत्री पंजाब कैप्टन अमरिंदर सिंह दा प्रमुख सलाहकार लगाए जाण ते कहा कि पहलियां विधानसभा चोणां विच वी प्रशांत किशोर वल्लों कांग्रेस पार्टी नूं झूठे जमूलियां दा वड्डा पिटारा दित्ता गया सी, जिस विच हर घर नौकरी, शगन स्कीम विच 55,000 रुपए करना, किसानां दा कर्जा माफ करना, 2500 रुपए पेंशन तों इलावा वड्डे वड्डे वादे जनता नाल कीते गए सन जो कि हले तक पूरे नहीं होए। अज दा मीटिंग दा जिहड़ा मोटिव सी ना, मैनूं पंजाब दा लीगल सैल दा पेजेंट लाया गया। मैं हर डिस्ट्रिक्ट विच हर तहसील विच परसनली जाके लाइजर नूं रिक्वेस्ट करन वास्ते मेरा है गया भी आपां जिहड़ी पब्लिक दे बेनीफिट वास्ते किवें कम करना गया, पार्टी वास्ते किवें मतलब आपां कम करना गया, जिहड़े किसान हैगे आ मूड चल रही है उन्हां दी लीगल एड उन्हां नूं देनी गई है, उस वास्ते मैं जी वकीलां नूं रिक्वेस्ट करना तुसीं पार्टी नूं जुड़ो और आम गरीब लोग है जिहड़े कि जिहड़े अफोर्ड नहीं कर सकते उन्हां नूं लीगल एड दित्ती जावे। कारण है भी ये मैटर डिले करना। देखो पहला एक कमीशन पब्लिक कमीशन सुप्रीम कोर्ट जज सी कार्डियो ਕਾਡੂ ਉਹ ਆਏ ਸੀਗੇ, ਉਹਨਾਂ ਨੇ ਵਕੀਲ ਆਪਣੇ ਪਬਲਿਕ ਦੇ ਬਿਆਨ ਲਏ ਜਿਹੜੇ ਵਿਟਨਸ ਸੀਗੇ ਹੋਰ ਜੋ ਵੀ ਹੈਗੇ ਆ। ਉਸ ਤੋਂ ਬਾਅਦ ਕਮਿਸ਼ਨ ਮੈਨੂੰ ਮਤਲਬ ਦਿੱਤਾ ਗਿਆ ਤੁਸੀਂ ਇੱਕ ਕਰੋ ਔਰ ਇਨਕੁਆਰੀ ਕਰੋ, ਉਹੀ ਵਿਟਨਸ ਮੇਰੇ ਕੋਲ ਪੇਸ਼ ਹੋਏ। ਫਿਰ ਉਹਨਾਂ ਬਾਅਦ ਜਸਟਿਸ ਰਣਜੀਤ ਸਿੰਘ ਕਮਿਸ਼ਨ ਬਿਠਾਇਆ, ਉਹੀ ਵਿਟਨਸ ਜਸਟਿਸ ਰਣਜੀਤ ਸਿੰਘ ਕੋਲ ਪੇਸ਼ ਹੋਏ। ਮੇਨ ਗੌਰਮੈਂਟ ਹੈ ਤਾਂ ਅਕਾਲੀ ਗੌਰਮੈਂਟ ਆ, ਕਾਂਗਰਸ ਗੌਰਮੈਂਟ ਹੈ, ਇੱਕੋ ਹੀ ਆਈਡੀਆ ਇੱਕੋ ਮੋਟਿਵ ਹੈ ਕਿ ਇਸ ਜਿਹੜਾ ਡਿਸਪਿਊਟ ਆਇਆ ਵੈਬਲ ਕਰਨਾ ਗੋਲੀਕਾਂਡ ਹੋਇਆ ਕਿਸੇ ਪਾਸੇ ਨੂੰ ਲੱਗਣ ਦੇਣਾ, ਇਹਨੂੰ ਡਿਲੇ ਕਰਨਾ। ਇੱਕ ਵਿਟਨਸ ਚਾਰ ਵਾਰੀ ਪੇਸ਼ ਹੁੰਦਾ ਔਰ ਚਾਰੇ ਵਾਰੀ ਆਪਣਾ ਜੋ ਸਟੈਂਡ ਬਦਲ ਜਾਂਦਾ, ਕਨਵੈਕਸ਼ਨ ਕਿਵੇਂ ਹੋਵੇਗੀ। ਇਹਨਾਂ ਦਾ ਅਲਟੀਰੀਅਰ ਮੋਟਿਵ ਜਿਹੜਾ ਦੋਨਾਂ ਗੌਰਮੈਂਟਾਂ ਦਾ ਹੈਗਾ, ਇਹਨਾਂ ਨੂੰ ਜੋ ਕਲਪਰੇਟ ਹੈਗਾ ਉਹਨਾਂ ਨੂੰ ਬੈਨੀਫਿਟ ਦੇਣਾ। ਸਰ ਜਿਹੜੀ ਤੁਸੀਂ ਰਿਪੋਰਟ ਸਬਮਿਟ ਕੀਤੀ ਸੀ ਉਹਦੇ ਕੀ ਐਕਸ਼ਨ ਹੋਇਆ? ਉਹਦੇ 'ਚ ਕੋਈ ਐਕਸ਼ਨ ਨਹੀਂ ਹੋਇਆ, ਮੈਂ ਰਿਪੋਰਟ ਸਬਮਿਟ ਕੀਤੀ ਸੀ ਉਹਨਾਂ ਟੇਬਲ ਨਹੀਂ ਕੀਤੀ। ਅਸੈਂਬਲੀ 'ਚ ਟੇਬਲ ਹੋਣੀ ਚਾਹੀਦੀ ਆ, ਟੇਬਲ ਹੋ ਕੇ ਡਿਸਕਸ਼ਨ ਹੋ ਰਿਹਾ, ਗੌਰਮੈਂਟ ਉਹਨੂੰ ਲਾਗੂ ਕਰਦੀ ਹੈ ਨਹੀਂ ਲਾਗੂ ਉਹ ਵੱਖਰੀ ਗੱਲ ਹੈਗੀ, ਲੇਕਿਨ ਗੌਰਮੈਂਟ ਟੇਬਲ ਹੀ ਨਹੀਂ ਕੀਤੀ। ਤੁਸੀਂ ਆਪਣੀ ਵੱਖਰੀ ਰਿਪੋਰਟ ਦਿੱਤੀ, ਜਸਟਿਸ ਰਣਜੀਤ ਸਿੰਘ ਨੇ ਆਪਣੀ ਵੱਖਰੀ ਰਿਪੋਰਟ ਦਿੱਤੀ, ਐਸਆਈਟੀ ਨੇ ਆਪਣੀ ਵੱਖਰੀ ਦਿੱਤੀ, ਇਹਦੇ 'ਚ ਬੈਲੈਂਸ ਕਿਹਨੂੰ ਮੰਨਿਆ ਜਾਂਦਾ? ਗੌਰਮੈਂਟ ਚਾਹੁੰਦੀ ਹੈ ਵੀ ਤਾਂ ਕਿ ਇਹ ਜਿਹੜਾ ਕਨਫਿਊਜ਼ਨ ਕ੍ਰੀਏਟ ਕੀਤਾ ਜਾਵੇ। ਇੱਕ ਵਿਟਨਸ ਪਹਿਲਾਂ ਪੇਸ਼ ਹੋਇਆ, ਫਿਰ ਦੂਜੀ ਵਾਰੀ ਹੋਇਆ, ਤੀਜੀ ਵਾਰੀ ਹੋਇਆ, ਐਸਆਈਟੀ ਕੋਲ ਹੋਰ ਬਿਆਨ ਦਵਾਈ ਜਾ ਰਹੇ ਆ, ਜਸਟਿਸ ਰਣਜੀਤ ਸਿੰਘ ਕੋਲ ਇੱਕ ਹੋਰ ਬਿਆਨ ਆਈ ਜਾ ਰਿਹਾ, ਮੇਰੇ ਕੋਲ ਹੋ ਰਹੇ ਪਹਿਲਾਂ ਨਾ ਜੀ ਹੋਰ, ਤਾਂ ਕਿ ਇਹ ਕਿਸੇ 'ਤੇ ਕੋਈ ਐਕਸ਼ਨ ਨਾ ਹੋਵੇ, ਗੌਰਮੈਂਟ ਡਿਲੇ ਕਰਨਾ ਚਾਹੁੰਦੀ ਇਹ ਮੈਟਰ। ਤੁਹਾਨੂੰ ਲੱਗਦਾ ਵੀ ਦੋਨੇ ਪਾਰਟੀਆਂ ਇਸੇ ਕਰਕੇ ਮੈਂ ਸੈਕਿੰਡ ਕਮਿਸ਼ਨ ਦਾ ਲੋੜ ਹੀ ਨਹੀਂ ਸੀ ਬਣਾਉਣ ਦੀ, ਫਸਟ ਕਮਿਸ਼ਨ ਬਣਿਆ ਉਹਦਾ ਸਾਰਾ ਕੁਝ ਕਲੀਅਰ ਸੀ, ਮੈਂ ਸਭ ਕੁਝ ਰਿਪੋਰਟ ਜੋ ਲਿਖਤਾ ਉਹ ਸਾਰਾ ਕਲੀਅਰ ਸੀ, ਉਹਦੇ ਉੱਤੇ ਐਕਸ਼ਨ ਲੈ ਲੈਂਦੇ ਹੁਣ ਕੋਈ ਮੈਟਰ ਹੈਂਡ ਹੋਇਆ ਨਾ। ਇੱਕ ਤਾਂ ਜਿਹੜਾ ਕੈਪਟਨ ਅਮਰਿੰਦਰ ਸਿੰਘ ਦੇ ਲਾਏ ਹੈਗੇ ਨੇ, ਪ੍ਰਸ਼ਾਂਤ ਕਿਸ਼ੋਰ ਜੀ ਲਾਏ ਹੈਗੇ ਨੇ, ਉਹਨਾਂ ਨੇ ਪਹਿਲਾਂ ਵੀ ਲੋਕਾਂ ਨੂੰ ਬੜੀ ਜੁਮਲੇਬਾਜ਼ੀ ਦਿਖਾ ਕੇ ਸਰਕਾਰ ਬਣਾਈ ਹੈ, ਹੁਣ ਤੁਹਾਨੂੰ ਕੀ ਲੱਗਦਾ ਵੀ ਇਹ ਲਾਉਣ ਦੇ ਪਿੱਛੇ ਕੀ ਕਾਰਨ ਹੈਗੇ ਨੇ? ਦੁਬਾਰਾ ਫਿਰ ਸੇਮ ਰਿਪੀਟ ਕਰਨਗੇ, ਕੈਪਟਨ ਨੇ ਇੱਕ ਆਪਣਾ ਜਿਹੜਾ ਮੋਟਰ ਸੀ ਕੈਪਟਨ ਸਾਹਿਬ ਨੇ ਕਿਹਾ ਸੀ ਹਰ ਘਰ ਘਰ ਵਿੱਚ ਇੱਕ ਨੌਕਰੀ ਜਾਵਾਂਗੇ, ਤਾਂ ਕੈਪਟਨ ਸਾਹਿਬ ਨੇ ਉਹ ਨੌਕਰੀ ਦੇ ਦਿੱਤੀ ਹੈ, ਬਾਕੀ ਘਰਾਂ ਵਾਲੇ ਵੀ ਪ੍ਰੇਫਰਨਗੇ, ਫਿਰ 5 ਸਾਲ ਇਸ ਤਰ੍ਹਾਂ ਜਾਣਗੇ। ਸਰ ਆਮ ਆਦਮੀ ਪਾਰਟੀ ਦਾ ਨਗਰ ਕੌਂਸਲ ਚੋਣਾਂ 'ਚ ਜਿਹੜਾ ਹੈਗਾ ਪਰਫੋਰਮੈਂਸ ਬੜੀ ਮਾੜੀ ਰਹੀ, ਉਹਨੂੰ ਲੈ ਕੇ ਪਾਰਟੀ ਕਿੰਨੀ ਚਿੰਤਤ ਹੈਗੀ ਆ? ਮਾੜੀ ਰਹੀ, ਫਸਟ ਟਾਈਮ ਨਾ ਕਿ ਇਹ ਪਾਰਟੀਸਪੇਟ ਕੀਤਾ ਗਾ ਇਲੈਕਸ਼ਨ ਵਿੱਚ ਸਰਕਾਰ ਕਮੇਟੀ, ਔਰ ਪਾਰਟੀ ਦਾ ਸੈਕਿੰਡ ਨੰਬਰ 'ਤੇ ਆਈ ਹੈ ਕਾਂਗਰਸ ਪਾਰਟੀ, ਔਰ ਜਿਹੜੀ ਪਾਰਟੀ ਪਾਵਰ 'ਚ ਹੁੰਦੀ ਹੈ ਉਹ ਹਮੇਸ਼ਾ ਧੱਕਾ ਕਰਦੀ ਹੈ, ਤੁਸੀਂ ਦੇਖਿਆ ਸਭ ਨੂੰ ਪਤਾ ਵੀ ਕਿਵੇਂ ਧੱਕਾ ਹੋਇਆ ਇਲੈਕਸ਼ਨ ਦੇ ਵਿੱਚ, ਇਲੈਕਸ਼ਨ ਤਾਂ ਫਿਰ ਕਰਾਈ ਨਹੀਂ ਗਈ, ਲੇਕਿਨ ਫਿਰ ਵੀ ਡਿਸਪੈਟ ਦੈਟ ਸਾਡੀ ਆਮ ਆਦਮੀ ਪਾਰਟੀ ਸੈਕਿੰਡ ਨੰਬਰ 'ਤੇ ਪਰਸੈਂਟੇਜ ਦੇ ਹਿਸਾਬ ਨਾਲ ਵੀ ਅਤੇ ਜਿਹੜੇ ਵਿਨਿੰਗ ਕੈਂਡੀਡੇਟ ਉਹਨਾਂ ਹਿਸਾਬ ਨਾਲ। ਫਤਿਹਗੜ੍ਹ ਸਾਹਿਬ ਤੋਂ ਬਹਾਦਰ ਸਿੰਘ ਟਿਵਾਣਾ ਦੀ ਰਿਪੋਰਟ। ਮੈਂ ਆਪਣੇ ਇਹ ਮੋਢਿਆਂ ਅਤੇ ਗੋਢਿਆਂ ਤੋਂ ਬਹੁਤ ਦੁਖੀ ਸੀ, ਮੇਰੇ ਲਈ ਤਾਂ ਤੁਰਨਾ ਫਿਰਨਾ ਵੀ ਇੰਨਾ ਔਖਾ ਹੋਇਆ ਸੀ ਮੈਂ ਦੱਸ ਵੀ ਨਹੀਂ ਸਕਦਾ, ਪਰ ਜਦ ਤੋਂ ਮੈਨੂੰ ਫੀ ਰਿਲੀਫ ਮਿਲਿਆ 2.5-3 ਮਹੀਨੇ ਇਸਤੇਮਾਲ ਕਰਨ ਤੋਂ ਬਾਅਦ ਗੋਡੇ ਵੀ ਓਕੇ ਮੋਢੇ ਵੀ ਓਕੇ। ਜੇ ਤੁਸੀਂ ਵੀ ਕਿਸੇ ਇਸ ਤਰ੍ਹਾਂ ਦੀ ਬਿਮਾਰੀ ਤੋਂ ਪਰੇਸ਼ਾਨ ਹੋ ਤਾਂ ਬੇਝਿਜਕ ਹੋ ਕੇ ਇਸ ਨੂੰ ਇਸਤੇਮਾਲ ਕਰੋ, ਸਿਰਫ 2.5-3 ਮਹੀਨੇ, ਇਹ 125 ਬਿਮਾਰੀਆਂ ਤੱਕ ਦਾ ਇਲਾਜ ਕਰ ਸਕਦਾ ਹੈ। ਫੀ ਰਿਲੀਫ ਹਮੇਸ਼ਾ ਯਾਦ ਰੱਖੋ ਬਸ।
कुछ दिनों तो मैं बालों की बड़ी समस्या सी, मेरे बाल झड़ने शुरू हो गए सी। मैं मेरे दोस्त ने ऑयल फी रिलीफ वाले दसिया, मैं ये तेल 3 महीने लाना अपने सिर पर अप्लाई किया, ये बिल्कुल आयुर्वैदिक तेल है, यदा कोई साइड इफेक्ट नहीं है, तो मेरे बाल जड़े गंजपन पैना शुरू हो गया से वो दोबारा आने लग गए। तो मैं तो बड़ा फायदा दिता इसने, जो थानू भी किसी इस तरह की प्रॉब्लम का सामना कर रहे हो तो ये तेल लाना ना भूलो। कितना कितनी असं अपने बालों करके शर्म फील करते हैं, कितनी सोसाइटी बैठे हैं कि कोई मजाक ना कर रहा है, पर थैंक्स टू फ्री लीफ जिन्हें मेरा कॉन्फिडेंस बिल्ड किया, जिसे लगाने नाल मैं मार्केट से बड़ा ही कॉन्फिडेंट हाँ और ये मैं बड़ा फायदा होया। तो मैं सर्वाइकल की भी दिक्कत सी, तो वो भी मैं बड़ा रिलीफ मिले। यूज़ करो तो मैं प्रैक्टिकल यूज़ कर रहा।